ਜਿਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਹੈ ਨਾ ਭਾਵੇਂ ਖਾਣੇ ਦੀ ਹੈ ਭਾਵੇਂ ਪਾਵਰ ਦੀ ਹੈ ਭਾਵੇਂ ਪੈਸੇ ਦੀ ਹੈ ਭਾਵੇਂ ਜ਼ਮੀਨਾਂ ਦੀ ਹੈ ਭਾਵੇਂ ਪੜ੍ਹਾਈ ਦੀ ਹੈ ਭਾਵੇਂ ਕਿਸੇ ਦੇ ਅੰਦਰ ਜਿਹਦੇ ਅੰਦਰ ਵੀ ਕੈਰੈਕਟਡ ਇਫੈਕਟ ਦੇਖੋ ਨਾ ਸਮਝ ਲੈਣਾ ਕਿ ਇਸ ਬੰਦੇ ਦੇ ਅੰਦਰ ਐਡਿਕਟਿਵ ਬਿਹੇਵੀਅਰ ਹੈ ਡਸਨਟ ਬੈਟਰ ਕਿ ਪੀਓ ਡਰੱਗਸ ਲੈਂਦਾ ਕਿ ਨਹੀਂ ਲੈਂਦਾ ਡਰੱਗਸ ਦਾ ਤਾਂ ਇਸ਼ੂ ਹੀ ਨਹੀਂ ਹੈ ਕਈ ਵਾਰੀ ਮੈਂ ਉਹ ਦੇਖਿਆ ਕਿ ਲੋਕ ਜਿਨ੍ਹਾਂ ਦੇ ਅੰਸ਼ਕਾਰ ਚ ਬਿਲਕੁਲ ਕੋਈ ਨਸ਼ਾ ਨਹੀਂ ਹੁੰਦਾ ਉਹਨਾਂ ਦੇ ਘਰ ਦੇ ਵਿੱਚ ਬਰਬਾਦੀ ਜ਼ਿਆਦਾ ਹੁੰਦੀ ਹੈ ਐਸ ਕੰਪੇਅਰਡ ਟੂ ਜਿਨ੍ਹਾਂ ਤੇ ਕਰ ਨਸ਼ਾ ਹੁੰਦਾ ਕਰੈਕਟਡ ਇਫੈਕਟ ਤੇ ਹੈਗੇ ਤੇ ਕਰੈਕਟਡ ਇਫੈਕਟ ਕਿਉਂ ਆਉਂਦੇ ਆ ਕਿਉਂਕਿ ਕਰੈਕਟਡ ਇਫੈਕਟ ਬੰਦੇ ਦੀ ਲੋੜ ਬਣ ਜਾਂਦੀ ਹੈ ਆਪਣੇ ਐਡਿਕਟਿਵ ਬਿਹੇਵੀਅਰ ਨੂੰ ਮੇਨਟੇਨ ਕਰਨ ਨੂੰ ਵਾਸਤੇ ਹੁਣ ਜੇ ਤਾਂ ਐਡਿਕਟਿਵ ਬਿਹੇਵੀਅਰ ਹੈ ਕਿ ਉਹਨੇ 20 ਘੰਟੇ ਦਿਨ ਚ ਕੰਮ ਕਰਨਾ ਤੇ ਉਸ ਬੰਦੇ ਨੂੰ ਕਰੈਕਟਡ ਇਫੈਕਟ ਆਣੇ ਹੀ ਆਣੇ ਉਹਨੇ ਦੂਜਿਆਂ ਨੂੰ ਜ਼ਿੰਮੇਵਾਰੀ ਦੇਣੀ ਆਪ ਜ਼ਿੰਮੇਵਾਰੀ ਕਰਨੀ ਹੈ ਜਦੇ ਕਿਸੇ ਨੇ ਕੰਮ ਕਰਨਾ ਉਹਨੂੰ ਤਸੱਲੀ ਨਹੀਂ ਹੁੰਨੀ ਉਹਨੂੰ ਇਹ ਲੱਗਦਾ ਕਿ ਮੈਂ ਹੀ ਸਾਰੇ ਕੰਮ ਕਰਕੇ ਜਾਣੇ ਆਂ ਐਂਡ ਮੇਰੇ ਤੋਂ ਬਿਨਾ ਕੋਈ ਦੁਨੀਆ ਦਾ ਕੰਮ ਚੱਲਣਾ ਹੀ ਨਹੀਂ ਹੈ ਇਹ ਕਰੈਕਟਰ ਡਿਫੈਕਟ ਹੈ ਇਹਦਾ ਮਤਲਬ ਹੈ ਕਿ ਉਹਦੇ ਅੰਦਰ ਇੱਕ ਈਗੋ ਹੈ ਈਗੋ ਦਾ ਮਤਲਬ ਕੀ ਹੈ ਕਿ ਉਹ ਸਮਝਦਾ ਹੈ ਕਿ ਉਹਦੇ ਅੰਦਰ ਇੱਕ ਰੱਬ ਹੈ ਹੁਣ ਜਿਹੜਾ ਬੰਦਾ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਮੈਂ ਮੇਰੇ ਅੰਦਰ ਇੱਕ ਰੱਬ ਹੈ ਉਹ ਬੰਦਾ ਕਿਸੇ ਨੂੰ ਕੀ ਸਮਝੇਗਾ ਉਹਤੇ ਕਿਸੇ ਨੂੰ ਕੁਝ ਸਮਝੇਗਾ ਹੀ ਨਹੀਂ ਐਂਡ ਉਹ ਜਿਸ ਬੰਦੇ ਦੇ ਅੰਦਰ ਇਹ ਭੁਲੇਖਾ ਪੈ ਜੇ ਕਿ ਮੇਰੇ ਅੰਦਰ ਇੱਕ ਰੱਬ ਫਸਿਆ ਹੋਇਆ ਹੈ ਫਸਿਆ ਹੁੰਦਾ ਉਹਨੂੰ ਫਸਾ ਕੇ ਰੱਖਿਆ ਹੁੰਦਾ ਰੱਬ ਨੂੰ ਅਸੀਂ ਨਾ ਦਿਮਾਗ ਦੇ ਵਿੱਚ ਤੇ ਅਸੀਂ ਜਾਣ ਨਹੀਂ ਦਿੰਦੇ ਅਤੁਰ ਉਦਰ ਤੇ ਉਹ ਜਦੋਂ ਰੱਬ ਸਾਡੇ ਅੰਦਰ ਫਸਿਆ ਹੋਇਆ ਫਿਰ ਸਾਡੀ ਗ੍ਰੈਂਡਾਇਓਸਟੀ ਫਿਰ ਸਾਡੇ ਕਾਬਲੀਅਤ ਫਿਰ ਸਾਡੀ ਸਾਰੀਆਂ ਤਾਂ ਸਿਉੱਚੀਆਂ ਹੋ ਆਵਾਂ ਚ ਹੁੰਦੇ ਕਿਉਂਕਿ ਸਾਡੇ ਅੰਦਰ ਰੱਬ ਬਹੁਤ ਸਾਰੇ ਲੋਕ ਤੇ ਕਹਿ ਵੀ ਦਿੰਦੇ ਵੀ ਆ ਮੈਸੈਂਜਰਸ ਆਫ ਗੋਡ ਬੰਦੇ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਆਪਣੇ ਆਪ ਨੂੰ ਰੱਬ ਸਮਝਦਾ ਹੈ ਕਿ ਬੰਦਾ ਸਮਝਦਾ ਹੈ ਜਿਹੜਾ ਇਨਸਾਨ ਆਪਣੇ ਆਪ ਨੂੰ ਰੱਬ ਸਮਝਦਾ ਉਹਨੇ ਆਪਣੀ ਜ਼ਿੰਦਗੀ ਚ ਬਰਬਾਦੀ ਕਰਨੀ ਕਰਨੀ ਹੈ ਕਿਉਂਕਿ ਉਹਨੇ ਆਪਣੇ ਆਪ ਨੂੰ ਰੱਬ ਸਮਝਦਾ ਤੇ ਉਹਨੇ ਰੱਬ ਨੂੰ ਫਸਾ ਕੇ ਰੱਖਿਆ ਹੋਇਆ ਤੇ ਉਹਦੇ ਅੰਦਰੋਂ ਇੱਕ ਜਿਹੜੀ ਆਵਾਜ਼ ਆਉਂਦੀ ਹੈ ਕਿ ਤੂੰ ਤਾਂ ਰੱਬ ਹੈਗਾ ਤੂੰ ਥੋੜੀ ਕਿਸੇ ਦੀ ਮਦਦ ਮੰਗ ਸਕਦਾ ਤੈਨੂੰ ਤਾਂ ਸਭ ਪਤਾ ਤੈਨੂੰ ਕਿਸੇ ਦੀ ਲੋੜ ਹੀ ਨਹੀਂ ਹੈ ਜਦੋਂ ਇਨਸਾਨ ਆਪਣੇ ਆਪ ਨੂੰ ਇਨਸਾਨ ਸਮਝੇਗਾ ਫਿਰ ਉਹਨੂੰ ਪਤਾ ਲੱਗੇਗਾ ਕਿ ਮੈਨੂੰ ਦੂਜੇ ਬੰਦੇ ਦੀ ਲੋੜ ਹੈ ਤੇ ਮੈਂ ਉਹਦੇ ਕੋਲ ਹੈਲਪ ਮੰਗ ਸਕਦਾ ਪਿਆ ਆ ਮੇਰੇ ਕੋ ਨਹੀਂ ਹੁੰਦਾ ਪਿਆ ਪਾਪਾ ਜੀ ਮੇਰਾ ਕੰਮ ਕਰਾ ਦਿਓ ਆ ਚੀਜ਼ ਮੇਰੇ ਵਾਸਤੇ ਗੱਲ ਨਹੀਂ ਹੈ ਤੇ ਮੇਰੀ ਮਦਦ ਕਰ ਦਿਓ ਕਿਉਂ ਕਹੇਗਾ ਜਿਸ ਬੰਦੇ ਦੇ ਅੰਦਰ ਰੱਬ ਹੈ ਉਹ ਕਦੀ ਕਿਸੇ ਕੋਲ ਰਸਤਾ ਪੁੱਛੇਗਾ ਕਿ ਮੈਂ ਰਸਤੇ ਚ ਗੁੰਮ ਹੋ ਗਿਆ ਉਹ ਕਹੇਗਾ ਮੈਂ ਤਾਂ ਮੇਰੇ ਅੰਦਰ ਤੇ ਰੱਬ ਹੈ ਮੈਂ ਜਾ ਕੇ ਰਸਤਾ ਪੁੱਛਾਂ ਕਿਸੇ ਵੀ ਇਨਸਾਨ ਦੇ ਅੰਦਰ ਜਿਹਦੇ ਅੰਦਰ ਈਗੋ ਪਈ ਹੈ ਨਾ ਉਹਦੀ ਉਹਦੀ ਸਮਝ ਲਓ ਕਿ ਜ਼ਿੰਦਗੀ ਖਤਮ ਹੀ ਹੈ ਕਿਉਂਕਿ ਉਹਨੂੰ ਭੁਲੇਖਾ ਪੈ ਗਿਆ ਕਿ ਉਹਦੇ ਅੰਦਰ ਇੱਕ ਰੱਬ ਹੈਗਾ